ਆਂਟੀ ਜੀ ਹਾਂ ਮੈਨੂੰ ਵੀ ਜਾਲ ਮੈਨੂੰ ਮਾਰਦੇ ਲੱਗਿਆ ਹੈ ਕੀ ਹੋ ਆਂਟੀ ਜੀ ਮੈਨੂੰ ਜਾਲ ਮੈਨੂੰ ਮਾਰਦੇ ਲੱਗੇ ਚੁੱਪ ਕਰ ਮੈਨੂੰ ਦੱਸ ਸਹੀ ਹੋਇਆ ਕੀ ਹੈ ਤੈਨੂੰ ਮੈਨੂੰ ਮਾਰਦੇ ਲੱਗੇ ਮੈਨੂੰ ਜਾਲ ਅੰਦਰ ਆਣ ਕੇ ਬੈਠ ਮੈਂ ਆਪਣੀ ਮੰਮੀ ਕੋਲ ਜਾਣਾ ਵਾ ਅੰਦਰ ਆਣ ਕੇ ਬੈਠ ਮੈਨੂੰ ਦੱਸ ਕੋਠੇ ਤੋਂ ਇਹ ਆਉਣ ਡਈ ਸੀਗੀ ਪੌੜੀ ਤੋਂ ਉੱਤਰ ਕੇ ਤੂੰ ਇੰਨੀ ਨੇਰੇ ਕਿੱਥੋਂ ਪੋਠੇ ਤੇ ਉਤਰੀ ਕੀ ਹੋਇਆ ਤੈਨੂੰ ਚੁੱਪ ਕਰਕੇ ਦੱਸ ਆਂਟੀ ਜੀ ਮੈਨੂੰ ਮਾਰਨੇ ਲੱਗੇ ਮੈਨੂੰ ਘੇਰ ਲੱਗੇ ਤਰੀ ਕੇ ਪਹੁੰਚਾ ਲਓ ਵੇਖ ਲਓ ਮੈਂ ਆਪਣੀ ਮੰਮੀ ਕੋਲ ਜਾਣਾ ਬਚ ਕੇ ਮੈਨੂੰ ਪਹੁੰਚਾ ਲਓ ਵੇਖ ਲਓ ਹੋਇਆ ਕੀ ਆ ਆਂਟੀ ਜੀ ਮੈਂ ਨਾ ਇਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਜਿਵੇਂ ਮੈਂ ਇਹਨਾਂ ਦੀਆਂ ਗੱਲਾਂ ਸੁਣ ਲਈਆਂ ਇਹਨੂੰ ਪਤਾ ਲੱਗ ਗਿਆ ਕਿ ਇਹਨੇ ਸਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਵੀ ਕਿ ਟੋਇਆ ਪੁੱਟਣ ਗਿਆ ਵਾ ਬਾਹਰ ਪੈਲੀਆਂ ਦੇ ਵਿੱਚ ਮੰਮੀ ਵੀ ਰਾਖੀ ਕਰਦੇ ਮੈਨੂੰ ਇਹਨਾਂ ਨੇ ਕਮਰੇ 'ਚ ਬੰਦ ਕਰਤਾ ਸੰਦੀਪ ਆਈ ਪਾਣੀ ਦਿੰਦੇ ਮੈਂ ਤਾਂ ਧੱਕਾ ਧੁੱਕਾ ਮਾਰ ਕੇ ਮਹਾਂ ਬਚ ਕੇ ਕੋਠੇ ਉਹਨਾਂ ਨੇ ਉੱਧਰੋਂ ਕਿੰਨਾ ਟੱਪ ਟੁੱਪ ਕੇ ਇੱਥੇ ਆਈ ਸਾਰੀ ਗੱਲੀ ਬਾਤੀ ਸਭ ਕੁਛ ਸਮਝਾ ਤੂੰ ਮੇਰੀ ਇੱਕ ਨੀ ਮੰਨੀ ਹੈਗੀ ਜੇ ਉਦਣ ਮੰਨ ਜਾਂਦੀ ਹੋ ਚੰਗੀ ਨਾ ਰਹਿੰਦੀ ਹੋ ਆਹ ਜਲਮਾਂ ਦੇ ਹੱਥ ਨਾ ਆਉਂਦੀ ਹੋ ਤੂੰ ਜਾਂ ਸ਼ੈਲੀ ਪਾਣੀ ਲਿਆ ਚੁੱਪ ਕਰ ਮੇਤੀ ਆਂਟੀ ਜੀ ਕੋਈ ਬੂਆ ਨਾ ਖੋਲਿਓ ਵੇਲੋ ਜੇ ਉਹ ਆ ਗਏ ਉਹਨਾਂ ਨੇ ਮੈਨੂੰ ਮਾਰ ਦੇਣਾ ਵਾ ਕੋਈ ਬੂਆ ਨਾ ਖੋਲਿਓ ਵੇਲੋ ਤੂੰ ਫਿਕਰ ਨਾ ਕਰ ਬੁੱਛਿਆਂ ਵਰਗੇ ਮੇਰੇ ਮੁੰਡੇ ਨੇ ਆਉਣਗੇ ਤਾਂ ਟੋਟੇ ਦਾਂਗੇ ਮੇਰੇ ਘਰ ਆ ਤਾਂ ਲੈਣ ਦੋ ਦਲੀਜ ਤੇ ਟੱਪ ਲੈਣ ਦੋ ਕਿਤੇ ਆਂਟੀ ਜੀ ਮੈਂ ਇਹਨਾਂ ਤੇ ਇੰਨਾ ਯਕੀਨ ਕੀਤਾ ਸੀ ਨਾ ਇਹਨਾਂ ਨੇ ਮੇਰਾ ਸਾਰੇ ਯਕੀਨ ਤੋੜ ਦਿੱਤਾ ਧੀਏ ਇਹਨਾਂ ਤੇ ਪਹਿਲਾਂ ਵੀ ਚੰਗਾ ਭਲਾ ਰਿਸ਼ਤਾ ਆਇਆ ਸੀਗਾ ਜਸਮੀਤ ਇੰਨੀ ਚੰਗੀ ਕੁੜੀ ਸੀਗੀ ਇਹਨਾਂ ਨੂੰ ਤੇ ਸਾਰੀ ਨਹੀਂ ਆਈ ਜਨਾਨੀਆਂ ਦੀ ਇੱਜ਼ਤ ਕਰਨੀ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ ਆਂਟੀ ਜੀ ਅਜੇ ਤੇ ਸ਼ੁਕਰ ਆ ਕਿ ਤੁਸੀਂ ਉੱਠੇ ਸੀ ਨਹੀਂ ਤੇ ਸੱਚੀ ਮੈਨੂੰ ਇਹਨਾਂ ਨੇ ਅੱਜ ਮਾਰ ਹੀ ਦੇਣਾ ਸੀ ਚੱਲ ਕੋਈ ਗੱਲ ਨਹੀਂ ਧੀਏ ਤੂੰ ਫਿਕਰ ਨਾ ਕਰ ਹੁਣ ਸ਼ੋਰ ਕਰੋ ਮੰਮੀ 3 ਵਜੇ ਉੱਠ ਜਾਂਦੇ ਆ ਆ ਮੈਂ ਤੁਹਾਡੀ ਅੰਮਾ ਜੀ ਸੁਣ ਕੇ ਉੱਠ ਖੜਿਆ ਹਾਂ ਹਾਏ ਆਂਟੀ ਜੀ ਸ਼ੁਕਰ ਆ ਤੁਸੀਂ ਮੇਰੀ ਜਾਨ ਬਚਾ ਲਈ ਮੈਂ ਤੁਹਾਡਾ ਇਹ ਅਹਿਸਾਨ ਸਾਰੀ ਜ਼ਿੰਦਗੀ ਨਹੀਂ ਭੁੱਲਾਂਗੀ ਕੋਈ ਨਹੀਂ ਧੀਏ ਜੇ ਮੈਂ ਨਾ ਉੱਠੀ ਹੁੰਦੀ ਤੇ ਵਾਹਿਗੁਰੂ ਨੇ ਤੈਨੂੰ ਤਾਂ ਵੀ ਬਚਾ ਲੈਣਾ ਸੀ ਤੂੰ ਫਿਕਰ ਨਾ ਕਰ ਆਂਟੀ ਜੀ ਮੈਨੂੰ ਫੋਨ ਦੇ ਦਿਓ ਮੈਂ ਆਪਣੀ ਮੰਮੀ ਨੂੰ ਫੋਨ ਲਾਉਣਾ ਵਾ ਜਾਂ ਸਾਲੀ ਫੋਨ ਲਿਆ ਕੇ ਦੇ ਤੂੰ ਲਾ ਲਾ ਫੋਨ ਆਪਣੀ ਮੰਮੀ ਨੂੰ ਉਹ ਨਾ ਦਿਨ ਚੜ ਜਾਣ ਨੂੰ ਸਾਡੇ ਦੇ ਇਲਜ਼ਾਮ ਲਾ ਦੇਣ ਤੇ ਨਾਲ ਪੁਲਿਸ ਉਹਨਾਂ ਨੂੰ ਚੁੱਕੇਗੀ ਆਪਣੀ ਮੰਮੀ ਨੂੰ ਕਹਿੰਦੀ ਪੁਲਿਸ ਨਾਲ ਲੈ ਕੇ ਆਉਣ ਠੀਕ ਹੈ ਨਾ ਕਿੱਥੇ ਰਹਿ ਗਿਆ ਹਜੇ ਤੱਕ ਆਇਆ ਹੀ ਨਹੀਂਗਾ ਮੈਂ ਕਿੱਥੇ ਰਹਿ ਗਿਆ ਸੀ ਟੋਆ ਪੁੱਟਣ ਨੂੰ ਇੰਨਾ ਟਾਈਮ ਲਾਤਾ ਉਤਰੋ ਦਿਨ ਚੜ੍ਹਨ ਵਾਲਾ ਹੋ ਗਿਆ ਵਾ ਉਹ ਮਾਤਾ ਮੈਂ ਕੀ ਕਰਦਾ ਦੱਸ ਪਤਾ ਕਿੰਨੀ ਸਖਤ ਮਿੱਟੀ ਆ 6-7 ਫੁੱਟ ਤੇ ਟੋਆ ਪੁੱਟਣਾ ਪਿਆ ਉਹ ਵੀ ਡਰ ਡਰ ਕੇ ਮੈਂ ਬੋਤੀਆਂ ਹੁਣ ਗੱਲਾਂ ਨਾ ਬਣਾ ਆਹ ਚੱਲੀਏ ਤਾਂ ਮੂੰਹ ਚ ਲੀਰਾ ਲੂਰਾ ਧੱਕੇ ਤੇ ਉਹਨੂੰ ਖੜੀਏ ਚੱਲ ਆ ਜਾ ਛੇਤੀ ਕਰ ਫਿਰ ਨੀ ਸੰਦੀਪ ਨੀ ਸੰਦੀਪ ਹੈ ਇੱਥੇ ਬੈਠੀ ਸੀ ਉਹਨੂੰ ਪਾਣੀ ਪਿਉਣ ਦੀ ਕੀ ਲੋੜ ਸੀ ਉਹਨੂੰ ਤੇ ਵੈਸੇ ਹੀ ਮਾਰਨਾ ਟੋਏ ਚ ਸੁੱਟਣਾ
ਮੰਮੀ ਸਾਰੇ ਕੀਤੇ ਕਿਰਾਏ ਦੇ ਪਾਣੀ ਫੇਰ ਕੇ ਰੱਖਤਾ ਇਹਨੇ, ਕਰ ਲਓ ਹੁਣ ਜੇਲ੍ਹ ਦੀ ਤਿਆਰੀ ਫਿਰ ਸਾਰੇ ਜਾਣੇ। ਗੇਟ ਤਾਂ ਮੰਮੀ ਬੰਦ ਕੀਤਾ ਬਾਹਰੋਂ, ਇੱਥੇ ਹੀ ਹੋਣੀ ਆ। ਪ੍ਰੀਤ ਧੀਏ ਪੁੱਤ ਦਰਵਾਜ਼ਾ ਖੋਲ, ਅਸੀਂ ਤਾਂ ਮਜ਼ਾਕ ਕਰਨ ਡੇ ਸੀ, ਖੋਲ ਦੇ ਮੇਰਾ ਪੁੱਤ। ਮੰਮੀ ਮੇਰੀ ਗੱਲ ਸੁਣ, ਉਹਨੇ ਨਹੀਂ ਬੂਹਾ ਖੋਲਣਾ, ਮੈਂ ਇੱਦਾਂ ਕਰਦਾ ਵਾਂ ਬਾਹਰੋਂ ਦੀ ਜਾਂਦਾ ਵਾਂ। ਜਾ ਛੇਤੀ, ਜੇ ਸੱਥ 'ਤੇ ਬੈਠੀ ਉਹ ਤਾਂ ਮੂੰਹ ਦੇ ਹੱਥ ਦੇ ਕੇ ਲਿਆਊਂਗਾ ਥੱਲੇ, ਲੋਕੀ ਕਿਤੇ ਇੱਥੇ ਆਉਣੀ ਆ, ਹੋਰ ਉਹਨੇ ਕਿੱਥੇ ਚੱਲ ਜਾਣਾ ਵਾ। ਜਾ ਜਾ, ਇੱਥੇ ਖਲੋ, ਮੈਂ ਆ ਗਿਆ। ਪ੍ਰੀਤ ਪੁੱਤ ਬੂਹਾ ਖੋਲ ਦੇ। ਆਪਣੀ ਮੰਮੀ ਨੂੰ ਆਖੀ ਪੱਕੇ ਪੈਰੀ ਆਉਣ। ਹੁਣ ਸਵੇਰੇ ਸਵੇਰੇ ਕਿਹਦਾ ਫੋਨ ਆ ਗਿਆ, ਸੁੱਖ ਹੋਵੇ। ਹੈਲੋ ਹੈਲੋ ਮੰਮੀ, ਮੰਮੀ ਮੈਨੂੰ ਬਚਾ ਲਓ ਆਣ ਕੇ, ਮੰਮੀ ਛੇਤੀ ਆ ਜਾਓ, ਇਹਨਾਂ ਨੇ ਮੈਨੂੰ ਮਾਰ ਦੇਣਾ ਵਾ, ਟੋਇਆ ਪੁੱਟੀ ਫਿਰਨ ਡਿਆ ਮੈਨੂੰ ਮਾਰਨ ਲਈ। ਪ੍ਰੀਤ ਕੀ ਬੋਲੀ ਜਾਂਦੀ ਆ, ਕੀ ਹੋਇਆ, ਗੰਦੇ ਬੰਦੇ ਨਿਕਲੇ ਨੀ, ਮੇਰੀ ਸੋਨੇ ਵਰਗੀ ਧੀ ਨੀ, ਜੇ ਤੂੰ ਮੇਰੀ ਮੰਨ ਲੈਂਦੀ ਤੇ ਆ ਦੇਣਾ ਤੈਨੂੰ ਵੇਖਣੇ ਪੈਂਦੇ, ਲੱਗ ਗਿਆ ਤੈਨੂੰ ਪਤਾ ਲੈ ਮੈਂ ਅੱਜ ਦਾ ਧੀਏ, ਜਿੰਨੀ ਤੇਰੀ ਜਾਇਦਾਦ ਸੀ ਤੂੰ ਰਾਜ ਕਰਨਾ ਸੀ, ਲੱਲਿਆ ਹੀ ਹੁਣ ਨਜ਼ਾਰਾ ਇਹ ਕੰਮ ਦਾ। ਮੰਮੀ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਜਿਹੜੀ ਮੈਂ ਤੁਹਾਡੇ ਅੱਗੇ ਦੀ ਲੱਗੀ, ਇੱਕ ਵਾਰੀ ਮੰਮੀ ਮੈਨੂੰ ਬਚਾ ਲਓ। ਹੈਲੋ ਮੰਮੀ, ਨਾ ਮੈਂ ਤੁਹਾਨੂੰ ਇੰਨਾ ਦੁਖੀ ਕੀਤਾ ਸੀ। ਹੁਣ ਮੈਨੂੰ ਇਹ ਦੱਸ ਤੂੰ ਹੈ ਕਿੱਥੇ ਆ, ਮੈਂ ਕੋ ਤੇਰਾ ਹੀ ਲਵ ਸਿਲਾ ਕਰਾਂ। ਮੰਮੀ ਮੈਂ ਹੁਣ ਗੁਆਂਢੀਆਂ ਦੇ ਘਰ ਵਾਂ, ਇੱਥੇ ਪੌੜੀ ਲੱਗੀ ਸੀ ਤੇ ਮੈਂ ਕੋਠਿਆਂ ਤਾੜੀ ਚੜ ਚੁੜ ਕੇ ਇੱਧਰ ਆ ਗਈ ਆ, ਆਂਟੀ ਬੜੇ ਚੰਗੇ ਆ, ਛੇਤੀ ਛੇਤੀ ਆ ਜਾਓ ਹੁਣ ਮੰਮੀ। ਛੇਤੀ ਗੱਲ ਕਰਾ ਮੇਰੀ ਗੁਆਂਢਣ ਦੇ ਨਾਲ। ਭੈਣ ਜੀ ਮੇਰੀ ਧੀ ਨੂੰ ਬਚਾ ਲਿਓ, ਇਹਨੂੰ ਬਾਹਰ ਨਾ ਨਿਕਲ ਦਿਓ, ਜਿਹੜਾ ਮਰਜ਼ੀ ਆ ਜਾਵੇ ਮੇਰੀ ਧੀ ਨਾ ਮੱਥੇ ਲੱਗਣ ਦਿਓ, ਮੈਂ ਛੇਤੀ ਆ ਜਾਂਦੀ ਹਾਂ। ਨਾ ਨਾ ਭੈਣ ਜੀ ਤੁਸੀਂ ਫਿਕਰ ਨਾ ਕਰੋ, ਮੇਰੇ ਕੋਲ ਹੀ ਕੁੜੀ ਬੈਠੀ ਆ, ਕਿਸੇ ਗੱਲ ਦੀ ਚਿੰਤਾ ਨਾ ਕਰੋ ਤੁਸੀਂ। ਹਾਂ ਤੁਸੀਂ ਆ ਜਾਓ, ਆਰਾਮ ਨਾਲ ਆਓ ਤੁਸੀਂ, ਕੋਈ ਗੱਲ ਨਹੀਂ, ਮੇਰੇ ਹੁੰਦਿਆਂ ਕੋਈ ਗੱਲ ਨਹੀਂ ਹੁੰਦੀ। ਹਾਂਜੀ ਭੈਣ ਜੀ, ਬਹੁਤੀਆਂ ਗੱਲਾਂ 'ਚ ਟਾਈਮ ਨਾ ਖਰਾਬ ਕਰੀਏ, ਮੈਂ ਕੋਈ ਹੀਲਾ ਵਸੀਲਾ ਕਰਦੀ ਹਾਂ, ਮੈਂ ਪਹੁੰਚਦੀ ਹਾਂ ਇੱਥੇ। ਚੱਲ ਤੂੰ ਇੰਝ ਕਰ, ਇੱਥੇ ਬੈੱਡ 'ਤੇ ਬਹਿ ਜਾ, ਠੀਕ ਹੈ ਨਾ, ਕਿਸੇ ਗੱਲ ਦੀ ਚਿੰਤਾ ਨਾ ਕਰ, ਤੇਰੀ ਮੰਮੀ ਲੈ ਕੇ ਪੁਲਿਸ ਆਉਂਦੀ ਹੈ ਨਾ ਅਤੇ ਫਿਰ ਆਪੇ ਗੱਲ ਹੋ ਜਾਂਦੀ ਹੈ। ਹਾਏ ਹੁਣ ਮੈਂ ਕੀ ਕਰਾਂ, ਮੈਂ ਪੁਲਿਸ ਵੱਲ ਜਾਵਾਂ ਕਿ ਮੈਂ ਕੁੜੀ ਦੇ ਕੋਲ ਜਾਵਾਂ, ਇੱਦਾਂ ਕਰਦੀ ਹਾਂ।
ਸਿੱਧੀ ਕੁੜੀ ਦੇ ਕੋਲ ਜਾਂਦੀ ਹਾਂ, ਕਿਤੇ ਮੇਰੀ ਧੀ ਨੂੰ ਲੱਭ ਨਾ ਲੈਣ, ਕਿਤੇ ਮੇਰੀ ਧੀ ਨੂੰ ਮਾਰ ਹੀ ਨਾ ਦੇਣ। ਹਾਏ ਮੈਨੂੰ ਤਾਂ ਵਿੱਕੀ ਦੇ ਇੰਨਾ ਭਰੋਸਾ ਸੀ, ਵਿੱਕੀ ਇੰਨਾ ਚੰਗਾ ਸੀ। ਹਾਏ ਵਿੱਕੀ ਕੀ ਨਿਕਲ ਆਇਆ, ਅੰਦਰੋਂ ਕੁਛ ਹੋਰ ਅਤੇ ਬਾਹਰੋਂ ਕੁਛ ਹੋਰ। ਅੱਜ ਕੱਲ੍ਹ ਨਹੀਂ ਦੁਨੀਆਂ ਦਾ ਪਤਾ, ਮੂੰਹ ਤਾਂ ਕੁਛ ਹੋਰ ਨੇ ਅਤੇ ਪਿੱਠੀ ਦੇ ਪਿੱਛੇ ਕੁਝ ਹੋਰ ਨੇ ਲੋਕ। ਅਤੇ ਮੈਂ ਤੈਨੂੰ ਕੁੜੀਆਂ ਸਮਝਾਉਂਦੀ ਹਾਂ, ਇਹਨਾਂ ਕੰਮਾਂ ਤੋਂ ਬਚ ਜਾ, ਅਤੇ ਤੂੰ ਮੇਰੀ ਇੱਕ ਨਹੀਂ ਮੰਨੀ। ਇੱਦਾਂ ਕਰਾਂ, ਲੇਟ ਨਾ ਹੋ ਜਾ ਕਿਤੇ, ਪਹਿਲਾਂ ਸ਼ੀਸ਼ੇ ਦੀ ਕੁੜੀ ਕੋਲ ਪਹੁੰਚਾਂ। ਵਿੱਕੀ ਕਿੰਨਾ ਘਟੀਆ ਇਨਸਾਨ ਨਿਕਲਿਆ ਨਾ, ਕਿੰਨਾ ਮੇਰੇ 'ਤੇ ਯਕੀਨ ਕਰਦੀ ਰਹੀ ਹਾਂ, ਅੱਖਾਂ ਬੰਦ ਕਰਕੇ ਵੀ ਮੇਰੇ 'ਤੇ ਯਕੀਨ ਕੀਤਾ, ਪਰ ਅੱਜ ਇਹਦੇ ਚਿਹਰੇ ਤੋਂ ਨਕਾਬ ਉਤਰ ਗਿਆ। ਸ਼ੁਕਰ ਆ ਵਾਹਿਗੁਰੂ, ਤੂੰ ਮੈਨੂੰ ਇਹਨਾਂ ਤੋਂ ਬਚਾ ਲਿਆ, ਸ਼ੁਕਰ ਆ ਤੇਰਾ। ਮੈਂ ਲੱਭੀ ਆ। ਉਹ ਕਿੱਥੋਂ ਲੱਭੀ ਮਾਤਾ, ਕਿਤੇ ਵੀ ਹੈਨੀ ਆ ਉੱਤੇ ਤੇ। ਮੈਨੂੰ ਤਾਂ ਲੱਗਦਾ ਉਹ ਇੱਧਰ ਉੱਧਰ ਹੋ ਗਈ ਆ, ਉੱਧਰੋਂ ਦਿਨ ਚੜ੍ਹਨ ਵਾਲਾ, ਹੁਣ ਕਿੱਥੇ ਲੱਭੀ ਆ ਉਹਨੂੰ। ਜੇ ਪੋਤਾ ਆਪਣੇ ਪੇਕੇ ਚੱਲ ਗਈ ਤੇ ਸਾਡਾ ਤੇ ਕੱਖ ਨਹੀਂ ਉਹ ਰਹਿਣਾ। ਐਦਾਂ ਸਾਰਾ ਕਸੂਰ ਹੀ, ਮੈਂ ਤਾਂ ਕਹਿੰਦੀ ਪਹਿਲਾਂ ਇਹਨੂੰ ਨੱਪ ਦੇਗਾ। ਹੁਣ ਇਹਨੂੰ ਨੱਪੀਏ ਕਿ ਉਹਨੂੰ ਲੱਭੀਏ ਮਾਤਾ, ਕੋਰਨਾ ਉਹ ਤਾਂ ਹੁਣ ਕਰਨਾ ਹੀ ਪੈਣਾ ਵਾ, ਨਾ ਹੁਣ ਮਨੇਰ ਸਰ ਕਿਸੇ ਦੇ ਘਰ ਜਾਣ ਜੋਗੇ, ਉੱਦਾਂ ਹੀ ਪਿੰਡ ਦੇ ਵਿੱਚ ਰੌਲਾ ਪੈ ਜਾਣਾ ਵਾ। ਤੁਸੀਂ ਇੱਦਾਂ ਕਰੋ, ਥੱਲੇ ਬਹੁਤ ਮੈਂ ਬਾਹਰ ਅੰਦਰ ਵੇਖ ਕੇ ਆਉਂਦਾ ਵਾਂ, ਹੋ ਸਕਦਾ ਸੜਕ ਸੁੜਕ 'ਤੇ ਕਿਤੇ ਫੇਂਡੀ ਹੋਵੇ। ਚੱਲ ਆ ਜਾਓ। ਪ੍ਰੀਤ ਦਾ ਮੈਸੇਜ ਸਵੇਰੇ ਸਵੇਰੇ ਆ ਕੇ ਵੀਡੀਓ ਭੇਜਦੀ ਉਹਨੇ ਸਵੇਰੇ ਸਵੇਰੇ। ਕਵਲ ਕਵਲ ਇੱਧਰ ਆਓ, ਆ ਦੇਖੋ ਪ੍ਰੀਤੀ ਨੇ ਕੀ ਭੇਜਿਆ। ਕੀ ਹੋਇਆ? ਆ ਦੇਖੋ ਪ੍ਰੀਤੀ ਨੇ ਕੀ ਭੇਜਿਆ। ਮੂੰਹ ਮੂੰਹ ਮੰਨਦੇ ਪਏ ਕਿ ਅਸੀਂ ਤੁਹਾਡੀ ਜਸਮੀਤ ਨੂੰ ਮਾਰਿਆ। ਇਹਨੂੰ ਲੱਗਦਾ ਇਹ ਸੱਚਾ ਪਿਆਰ ਕਰਦੇ ਆ, ਇਹਦੇ ਨੂੰ ਤਾਂ ਜਸਮੀਤ 100 ਗੁਣਾ ਚੰਗੀ ਸੀ, ਮੂੰਹ ਵਿੱਚ ਬੋਲ ਨਹੀਂ ਕੁੜੀ ਦੇ। ਮੰਮੀ ਪਾਗਲਾ ਪ੍ਰੀਤ, ਇਹਨੂੰ ਲੱਗਦਾ ਕਿ ਸੁਸਾਈਡ ਕੀਤਾ ਜਸਮੀਤ ਨੇ, ਇਹਨੂੰ ਕੀ ਪਤਾ, ਅਸੀਂ ਸਾਰਿਆਂ ਨੇ ਰਲ ਮਿਲ ਕੇ ਗੱਡੀ ਚਾੜੀ ਆ। ਹੁਣ ਨਹੀਂ ਮੈਂ ਛੱਡੂੰਗਾ ਇਹਨੂੰ, ਹੁਣ ਨਹੀਂ ਇਹਨੂੰ ਮੈਂ ਛੱਡਦਾ। ਅੱਗੇ ਤਾਂ ਇਹਨੇ ਸਿਰਫ ਆਪਣਾ ਪਿਓ ਹੀ ਅੰਦਰ ਕਰਾਇਆ ਨਾ, ਹੁਣ ਤਾਂ ਸਾਰਾ ਟੱਬਰ ਅੰਦਰ ਕਰਾਊਂ, ਅਤੇ ਹੁਣ ਸਬੂਤ ਵੀ ਪੱਕਾ ਹੋ ਗਿਆ। ਪਰ ਪ੍ਰੀਤ ਪ੍ਰੀਤ ਨਾ ਕੋਈ ਮਾੜਾ ਚੰਗਾ ਕਰ ਦੇਣ, ਸਾਨੂੰ ਜਾਣਾ ਚਾਹੀਦਾ ਉੱਥੇ ਤਰਨ, ਸਾਨੂੰ ਜਾਣਾ ਚਾਹੀਦਾ, ਕਿਤੇ ਪ੍ਰੀਤ ਨਾਲ ਨਾ ਕੁਝ ਮਾੜਾ ਕਰ ਦੇਣ। ਹਾਂ ਹਾਂ, ਇਸੇ ਕਰਕੇ ਤਾਂ ਉਹਨੇ ਵੀਡੀਓ ਭੇਜੀ ਹੈ, ਸਾਨੂੰ ਜਾਣਾ ਚਾਹੀਦਾ ਵਾ, ਇਹਦੇ ਨਾਲ ਵੀ ਕਿਤੇ ਜਸਮੀਤ ਵਾਲਾ ਹਾਲ ਨਾ ਹੋ ਜਾਏ। ਨਹੀਂ ਨਹੀਂ ਤਰਨ, ਇਹਨਾਂ ਪਾਪੀਆਂ ਦੇ ਪਾਪ ਦਾ ਘੜਾ ਭਰ ਗਿਆ, ਮੈਂ ਇੱਕ ਵਾਰ ਆਪਣੀ ਭੈਣ ਨੂੰ ਗਵਾ ਚੁੱਕਾ, ਹੁਣ ਮੈਂ ਆਪਣੀ ਦੂਜੀ ਭੈਣ ਨੂੰ ਨਹੀਂ ਕੁਝ ਹੋਣ ਦੇਣਾ, ਇਹ ਮੈਂ ਤੇਰੇ ਨਾਲ ਵਾਅਦਾ ਕਰਦਾ, ਮੈਂ ਪੁਲਿਸ ਨੂੰ ਨਾਲ ਲੈ ਕੇ ਜਾਊਂਗਾ। ਪੁੱਤ ਕੀ ਹੋਇਆ, ਕਾਹਦਾ ਰੌਲਾ ਪੈ ਗਿਆ ਸਵੇਰ ਸਕਦੇ? ਹਾਂ ਵੇਖੋ ਮੰਮੀ, ਇਹ ਪਾਪੀਆਂ ਨੇ ਸਾਡੀ ਭੈਣ ਨੂੰ ਮਾਰਿਆ ਸੀ ਨਾ, ਪਾਪੀਆਂ ਨੇ ਉਦੋਂ ਕੋਈ ਸਬੂਤ ਨਹੀਂ ਰਹਿਣ ਦਿੱਤਾ,
ਸਾਰੇ ਸਬੂਤ ਇਹਨਾਂ ਨੇ ਆਪਣੇ ਹੱਕ ਦੇ ਵਿੱਚ ਕਰ ਲਏ ਸੀ। ਪਰ ਵੇਖ ਲਓ ਕਹਿੰਦੇ ਹੁੰਦੇ ਨਾ ਪਾਪੀ ਨੂੰ ਮਾਰਨ ਦੇ ਲਈ ਪਾਪ ਮਹਾਬਲੀ ਆ, ਇਹਨਾਂ ਪਾਪੀਆਂ ਨੇ ਆਪਣਾ ਸਬੂਤ ਆਪ ਹੀ ਦੇ ਦਿੱਤਾ। ਹਾਏ ਰੱਬਾ, ਇਹਨਾਂ ਦਾ ਕੱਖ ਨਾ ਰਹੇ, ਮੰਮੀ ਕੱਖ ਨਹੀਂ ਰਹਿਣਾ ਇਹਨਾਂ ਦਾ ਹੁਣ। ਇਹਨਾਂ ਨੂੰ ਤੇ ਜੇਲ੍ਹ ਦੇ ਵਿੱਚੋਂ ਵੀ ਪਾਣੀ ਦਾ ਘੁੱਟ ਨਾ ਮਿਲੇ। ਨਹੀਂ ਮਿਲਣਾ ਮੰਮੀ, ਨਹੀਂ ਮਿਲਣਾ। ਮੈਂ ਬੜੀ ਦੁਖੀ ਹਾਂ, ਇਹ ਸਬੂਤ ਦੇ ਦਿੱਤਾ ਇਹਨਾਂ ਨੇ ਆਪ। ਮੈਂ ਬੜੀ ਦੁਖੀ ਹਾਂ ਪੁੱਤ, ਸਾਰੀ ਉਮਰ ਚੱਕੀ ਪੀਣਗੇ ਮੰਮੀ, ਸਾਰੀ ਉਮਰ। ਮੈਨੂੰ ਪੁੱਛ ਕੇ ਵੇਖ ਮੇਰੀ ਅੰਦਰਾਂ ਨਾਲ ਇੰਨਾ ਕੁਛ ਹੋਇਆ, ਇਹਨਾਂ ਦਾ ਕੱਖ ਨਹੀਂ ਰਹਿਣਾ, ਪੁੱਤ ਦਾ ਕੱਖ ਨਹੀਂ ਰਹਿਣਾ। ਕਰ ਮੰਮੀ ਫਿਕਰ ਕਰ, ਮੈਂ ਹੁਣ ਇਹਨਾਂ ਦਾ ਰਹਿਣ ਵੀ ਚੰਗਾ, ਮੈਂ ਚੱਲਦਾ ਮੰਮੀ। ਫਿਕਰ ਨਾ ਕਰ ਮੰਮੀ, ਫਿਕਰ ਨਾ ਕਰ। ਹੁਣ ਮੇਰੀ ਧੀ ਦੀ ਆਤਮਾ ਨੂੰ ਸ਼ਾਂਤੀ ਮਿਲਣੀ ਆ। ਕੋਈ ਗੱਲ ਨਹੀਂ ਮੰਮੀ, ਫਿਕਰ ਨਾ ਕਰੋ, ਕਹਿੰਦੇ ਹੁੰਦੇ ਨਾ ਰੱਬ ਕਰ ਦੇਰ ਹੈ ਅੰਧੇਰ ਨਹੀਂ। ਕੋਈ ਗੱਲ ਨਹੀਂ, ਫਿਕਰ ਨਾ ਕਰੋ ਤੁਸੀਂ। ਹੁਣ ਮੇਰਾ ਪੁੱਤ ਇਕੱਲਾ ਗਿਆ, ਮੈਨੂੰ ਪੁੱਛ ਕੇ ਵੇਖ। ਕੋਈ ਗੱਲ ਨਹੀਂ ਮੰਮੀ, ਫਿਕਰ ਨਾ ਕਰੋ। ਮੰਮੀ ਪ੍ਰੀਤ ਦੀ ਮੰਮੀ ਦਾ ਫੋਨ ਆਇਆ, ਉਹਨਾਂ ਨੂੰ ਪਤਾ ਨਹੀਂ ਲੱਗਣ ਦਾ, ਲੈ ਆਵਾਂ ਮੈਂ ਜਾ ਕੇ। ਕੋਈ ਨੀ, ਹੁਣ ਪੁਲਿਸ ਆਉਂਦੀ ਆ ਨਾ ਤੇ ਹੁਣ ਅਸੀਂ ਪਿੰਡ ਹੀ ਜਾਣਾ। ਭੈਣ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਜਿੰਨਾ ਮੇਰੀ ਧੀ ਨੂੰ ਬਚਾ ਲਿਆ। ਕੀ ਕਰਨਾ ਸੀ ਜਦੋਂ ਆਈ ਗਈ ਧੀ ਤੁਹਾਡੀ ਸਾਡੇ ਘਰ, ਤੇ ਫਿਰ ਮੈਂ ਬਚਾਉਣਾ ਤਾਂ ਹੈਗਾ। ਲੱਗਾ ਕੁਛ ਪਤਾ? ਐਨੀ ਕੁਛ ਪਤਾ ਲੱਗਾ, ਮੈਂ ਤਾਂ ਬਥੇਰਾ ਫਿਰ ਤੁਰ ਕੇ ਆ ਗਿਆ, ਉੱਤੋਂ ਦਿਨ ਚੜ੍ਹਨ ਵਾਲਾ ਹੋ ਗਿਆ ਵਾ, ਮੈਨੂੰ ਲੱਗਦਾ ਕਿਤੇ ਲੁਕ ਲੱਗ ਗਈ ਆ। ਹਾਏ ਵੀਰੇ, ਕਿਤੇ ਗਵਾਂਢੀਆਂ ਘਰ 'ਤੇ ਨਹੀਂ ਉੱਤਰ ਗਈ? ਇਹ ਵੀ ਤਾਂ ਘਰ ਲੱਗਦਾ ਸਾਡੇ ਨਾਲ, ਇੱਧਰ ਜਾ ਕੇ ਪਤਾ ਕਰੀਏ। ਉਹਨਾਂ ਦੇ ਘਰ ਜਾ ਕੇ ਹੁਣ ਕਿੱਦਾਂ ਪੁੱਛੀਏ ਦੱਸ ਅਗਲੇ ਨੂੰ? ਅਗਲਿਆਂ ਨੂੰ ਉੱਦਾਂ ਸ਼ੱਕ ਹੋ ਜਾਣਾ ਸਾਡੇ ਉੱਤੇ ਵੀ ਅੱਧੀ ਰਾਤ ਕਿੱਧਰ ਭੱਜੇ ਫਿਰਦੇ। ਤੇਰੇ ਪਾਣੀ ਪਿਓ ਨੇ ਸਾਨੂੰ ਮਾਰਿਆ ਹੀ, ਜੇਲ੍ਹ ਦੀਆਂ ਰੋਟੀਆਂ ਖਵਾ ਲੂ ਸਾਨੂੰ ਹੁਣ। ਮੰਮੀ ਐਵੇਂ ਜੇਲ੍ਹ ਦੀਆਂ ਰੋਟੀਆਂ ਖਾ ਲਾਂਗੇ ਆਪਾਂ? ਉਹਦੇ ਕੋਲ ਕਿਹੜਾ ਕੋਈ ਸਬੂਤ ਹੈਗਾ ਵਾ? ਜਿਹੜੀ ਉਹਨੇ ਵੀਡੀਓ ਬਣਾਈ ਉਹ ਤੇ ਆਪਾਂ ਡਿਲੀਟ ਕਰਤੀ ਸੀ। ਉਹ ਵੀਡੀਓ ਤਾਂ ਡਿਲੀਟ ਕਰਤੀਆਂ, ਪਰ ਉਹ ਜਿਹੜੀ ਨੱਠ ਕੇ ਗਈ ਆ ਉਹਨੇ ਬਖਸ਼ਣਾ ਸਾਨੂੰ, ਉਹਨੇ ਤਾਂ ਸੱਚਾਈ ਦੱਸਣੀ ਆ ਨਾ ਸਾਰਿਆਂ ਨੂੰ। ਤੇਰਾ ਇਰਾਦਾ ਵਾ ਕਿ ਉਹ ਬੈਠੀ ਰਹੂਗੀ ਚੁੱਪ ਕਰਕੇ ਜੋ ਕੁਛ ਉਹਨੇ ਸੁਣਿਆ ਵਾ? ਆਪਾਂ ਤੇ ਮਾਰਨ ਦਾ ਪਲਾਨ ਤਾਂ ਹੀ ਬਣਾਇਆ ਸੀ ਕਿ ਉਹ ਵੀ ਤਾਂ ਵੀਡੀਓ ਬਣਾਉਂਦੀ ਸੀ ਚੋਰੀ ਚੋਰੀ ਸਾਡੀ, ਜੇ ਨਾ ਵੀਡੀਓ ਬਣਾਉਂਦੀ ਤਾਂ ਆਪਾਂ ਕਿੱਥੇ ਉਹਨੂੰ ਫਿਰ ਮਾਰਨਾ ਸੀ? ਉਹ ਚੱਲ ਹੁਣ ਅਸੀਂ ਨਾ ਗੱਲਾਂ ਨੂੰ ਛੱਡੋ ਮੰਮੀ, ਕੋਈ ਹੁਣ ਪਲਾਨ ਸੋਚੋ ਹੁਣ ਕੀ ਕਰਨਾ ਆ ਗਾਂ ਦਾ। ਵੇ ਕੁਛ ਨਾ ਕੁਛ ਸੋਚਣਾ ਤਾਂ ਪੈਣਾ ਹੀ ਆ, ਜੇ ਸਾਡੀ ਕੁੜੀ ਨੂੰ ਪੁਲਿਸ ਚੁੱਕ ਕੇ ਲੈ ਗਈ ਨਾ ਤਾਂ ਬੜੀ ਬਦਨਾਮੀ ਹੋਣੀ ਆ, ਪ੍ਰੀਤ ਨੇ ਤਾਂ ਸਾਰਾ ਕੁਝ ਦੱਸ ਦਿੱਤਾ ਹੋਣਾ ਜਾ ਕੇ। ਮੈਂ ਤਾਂ ਕਹਿੰਦੀ ਹਾਂ ਇਹੋ ਤਰੀਕਾ ਰਹਿ ਗਿਆ ਹੁਣ, ਆਪਾਂ ਸਾਰੇ ਜਾਣੇ ਘਰੋਂ ਚੱਲ ਜਾਈਏ ਤੇ ਲੁਕ ਜਾਈਏ ਕਿਤੇ ਜਾ ਕੇ। ਓਏ ਆਪਾਂ ਤਾਂ ਜਾ ਕੇ ਲੁਕ ਜਾਂਗੇ, ਪਰ ਡੰਗਰਾਂ ਦਾ ਕੀ ਕਰਨਾ, ਉਹਨਾਂ ਨੂੰ ਪੱਠੇ ਕਿੰਨੇ ਪਾਉਣੇ ਮਗਰੋਂ? ਡੰਗਰਾਂ ਦਾ ਕੀ ਆ, ਜਾਂ ਕਿਸੇ ਮਾਸੀ ਜਾਂ ਭੂਆ ਨੂੰ ਸੱਦ ਲੈਂਦੇ ਹਾਂ, ਆਪੇ ਇੱਥੇ ਆ ਕੇ ਰਹਿ ਲੂਗੀ। ਜੇ ਇੱਕ ਵਾਰੀ ਆਪਾਂ ਜੀਪ 'ਚ ਬਹਿ ਗਏ ਨਾ ਪੁਲਿਸ ਦੀ 'ਚ, ਕੱਖ ਨਹੀਂ ਜੇ ਪੱਲੇ ਰਹਿਣਾ ਆਪਣੇ। ਅੱਛਾ ਆ ਗਈ ਹੁਣ ਤੈਨੂੰ ਮਤ, ਹੁਣ ਤਾਂ ਬੜੀਆਂ ਸਕੀਮਾਂ ਦੱਸਣ ਡਈ ਆ। ਉਦੋਂ ਉਹਨੂੰ ਪਾਣੀ ਪਿਉਣ ਚੱਲ ਗਈ ਸੀ, ਤੇਰੀ ਵਜ੍ਹਾ ਨਾਲ ਸਾਰਾ ਕੁਛ ਹੋਣ ਡਿਆ ਵਾ। ਮੰਮੀ ਜੋ ਪਿੱਛੇ ਹੋ ਗਿਆ ਉਹਨੂੰ ਛੱਡੋ, ਹੁਣ ਅਗਲਾ ਸੋਚੋ। ਉਹ ਮੰਮੀ ਹੁਣ ਇਹਨਾਂ ਗੱਲਾਂ ਨੂੰ ਛੱਡੋ, ਕਮਰਿਆਂ ਨੂੰ ਮਾਰੋ ਤਾਲੇ ਤੇ ਚੱਲੀਏ ਆਪਾਂ।
ਮੇਰੀਆਂ ਤਾਂ ਲੱਤਾਂ ਕੰਬਣ ਡੀਆਂ ਵਾ, ਮੈਨੂੰ ਤਾਂ ਐਂ ਲੱਗਦਾ ਜਿੱਦਾਂ ਮੈਨੂੰ ਦੌਰਾ ਪੈ ਚੱਲਿਆ ਵਾ। ਮੰਮੀ ਹੁਣ ਹੌਸਲਾ ਰੱਖੋ, ਇੱਦਾਂ ਨਾ ਕਰੀ ਜਾਓ, ਜਾ ਸੰਦੀਪ ਕੱਪੜੇ ਕੁਪੜੇ ਲੈ ਲਓ ਜਿਹੜੇ ਹੈਗੇ ਤੇ, ਪੈਸਾ ਧੇਲਾ ਲੈ ਲਓ, ਕਿੰਨੇ ਦਿਨ ਰਹਿਣਾ ਪੈਣਾ ਬਾਹਰ, ਜਾਓ। ਮੰਮੀ ਬੈਗ ਮੈਨੂੰ ਫੜਾਓ, ਜਾਓ ਗੇਟ ਖੋਲੋ, ਜਿੰਦਰਾ ਵੀ ਮਾਰਨਾ ਜੇ ਬਾਅਦ ਚੋਂ। ਮਾਸੀ ਜੀ ਕਿੱਧਰ ਦੀ ਤਿਆਰੀ ਆਈ ਡੀ ਕਾਲੀ ਚ? ਨਹੀਂ ਸਾਡਾ ਘਰ, ਅਸੀਂ ਜਿੱਥੇ ਮਰਜ਼ੀ ਜਾਈਏ, ਤੂੰ ਦੱਸ ਕਿੱਧਰ ਨੂੰ ਮੂੰਹ ਚੁੱਕਿਆ ਵਾ। ਮਾਤਾ ਜੀ ਤਿਆਰੀ ਤੁਸੀਂ ਹੁਣ ਕਰੋ ਜੇਲ ਜਾਣ ਦੀ। ਨਾ ਅਸੀਂ ਕੀ ਕੀਤਾ ਵਾ, ਅਸੀਂ ਕਿਉਂ ਤਿਆਰੀ ਕਰੀਏ ਜੇਲ ਜਾਣ ਦੀ? ਅਸੀਂ ਕੀ, ਅਸੀਂ ਕੁਛ ਨਹੀਂ ਕੀਤਾ, ਅਸੀਂ ਨਿਰਦੋਸ਼ ਵਾ। ਉਹ ਸੱਚ ਛੁਪਾਇਆ ਛੁਪਦਾ ਨਹੀਂ, ਭੈਣ ਮਾਰੀ ਸੀ ਤੁਸੀਂ ਮੇਰੀ, ਹੁਣ ਜੇਲ ਤੇ ਜਾਣਾ ਹੀ ਪੈਣਾ। ਅੱਛਾ, ਹੁਣ ਤੇਰੇ ਕਹਿਣ ਤੇ ਜੇਲ ਜਾਵਾਂਗੇ, ਤੂੰ ਕਹਿਤਾ ਤੇ ਇਹਦਾ ਮਤਲਬ ਜੇਲ ਚਲ ਜਾਈਏ ਆਪਾਂ? ਉਹ ਭੁੱਲ ਗਿਆ ਪੈਸੇ ਲੈ ਕੇ ਰਾਜ਼ੀਨਾਮਾ ਕੀਤਾ ਤੂੰ, ਪੈਸੇ ਲੈ ਕੇ ਆ ਗਿਆ ਮੂੰਹ ਚੁੱਕ ਕੇ। ਹੁਣ ਮੁੱਕ ਗਏ ਹੋਣੇ ਆ ਨਾ ਪੈਸੇ, ਆ ਗਿਆ ਕਿੱਦਾਂ ਝੋਲੀ ਚੁੱਕ ਕੇ। ਮਾਤਾ ਝੋਲੀ ਚੁੱਕ ਇਹ ਨਹੀਂ ਆਇਆ, ਕੌਣ ਅਸਲੀ ਝੋਲੀ ਚੁੱਕ, ਉਹਦਾ ਭੇਤ ਖੁੱਲ ਗਿਆ ਵਾ। ਜਨਾਬ ਕਰੋ ਗ੍ਰਿਫਤਾਰ ਇਹਨਾਂ ਨੂੰ, ਹੁਣ ਤਾਂ ਸਾਡੇ ਕੋਲ ਸਾਰੇ ਸਬੂਤ ਵੀ ਹੈਗੇ ਨੇ। ਇੱਕ ਮਿੰਟ ਰੁਕੋ ਸਰ। ਪ੍ਰੀਤ ਰੋਕਣ ਕਿਉਂ ਡਈ ਪੁਲਿਸ ਵਾਲਿਆਂ ਨੂੰ? ਕਿਤੇ ਇਹਦਾ ਮਨ ਨਹੀਂ ਬਦਲ ਗਿਆ? ਵੇ ਕੀ ਇੱਥੇ ਤੁਸੀਂ ਆਪ ਦੱਸੋਗੇ ਜਾਂ ਮੈਨੂੰ ਦੱਸਣਾ ਪਊਗਾ ਕੌਣ ਕਿਹਨੂੰ ਮਾਰਨ ਦੀ ਤਿਆਰੀ ਕਰਨ ਡਿਆ? ਕੀ ਬਕਵਾਸ ਕਰਨ ਡਈ ਆ, ਕੱਲ ਦੀ ਤਾਂ ਤੂੰ ਘਰੋਂ ਨਿਕਲੀ ਆ, ਅਸੀਂ ਤਾਂ ਤੈਨੂੰ ਲੱਭਣ ਚੱਲੇ ਸੀ ਗੱਡੀ ਕੱਢ ਕੇ। ਅੱਛਾ, ਲੱਭਣ ਚੱਲੇ ਸੀ? ਜਨਾਬ ਸੱਚ ਹੀ ਕਹਿਣ ਡਈ ਆ, ਕਾਹਦੇ ਵਾਸਤੇ ਲੱਭਣ ਚੱਲੇ ਸੀ? ਇਹਨੂੰ ਨੱਪਣ ਵਾਸਤੇ। ਮਾਸੀ ਜੀ ਝੂਠ ਕਿਉਂ ਬੋਲਦੇ ਜੇ, ਕੁੜੀ ਤਾਂ ਤੁਹਾਡੀ ਕੱਲ ਦੀ ਘਰ ਨਹੀਂ ਹੈਗੀ, ਇਹ ਕਿੱਥੇ ਗਈ ਸੀ ਇਹਨੂੰ ਪੁੱਛੋ ਹਾਂ ਪਹਿਲਾਂ। ਨਹੀਂ ਝੂਠ ਇਹ ਨਹੀਂ ਬੋਲਦੀ, ਝੂਠ ਤਾਂ ਤੂੰ ਬੋਲਣ ਡਈ ਆ, ਇਹ ਤਾਂ ਕੋਠੇ ਤੇ ਉਤਰੀ ਆ ਮੇਰੇ ਘਰ ਰੋਂਦੀ ਕਰਲਾਉਂਦੀ। ਉਹ ਸ਼ਰਮ ਕਰ ਲਓ ਸ਼ਰਮ, ਉਹ ਦੂਜਾ ਕਤਲ ਕਰਨ ਲੱਗੇ ਜੇ, ਉਹ ਤੁਹਾਨੂੰ ਤਾਂ ਕਾਲੇ ਪਾਣੀ ਦੀ ਸਜ਼ਾ ਹੋਣੀ ਚਾਹੀਦੀ ਆ, ਕਾਲੇ ਪਾਣੀ ਦੀ। ਉਹ ਤੁਹਾਨੂੰ ਤਾਂ ਰੱਬ ਨੇ ਇਨਸਾਨ ਬਣਾ ਕੇ ਨਾ ਬੜੀ ਵੱਡੀ ਗਲਤੀ ਕੀਤੀ ਆ। ਹੈਲੋ ਦੱਸ, ਕੁੜੀ ਨੂੰ ਦੱਬਣ ਵਾਸਤੇ ਕਿੱਥੇ ਟੋਇਆ ਪੁੱਟਿਆ? ਨਹੀਂ ਨਹੀਂ ਜਨਾਬ, ਮੈਂ ਕੋਈ ਟੋਆ ਨਹੀਂ ਪੁੱਟਿਆ,
ਝੂਠ ਬੋਲਣ ਡੇ ਆ, ਮੈਨੂੰ ਫਸਾਉਣ ਦੀ ਸਾਜਿਸ਼ ਕਰਨ ਡੇ ਸਾਰੇ ਜਾਣੇ। ਆਹ ਕੋਈ ਸਾਜਿਸ਼ ਨਹੀਂ ਆ, ਮੇਰੇ ਕੋਲ ਸਬੂਤ ਹੈਗਾ, ਵੀਡੀਓ ਆਈ ਹੈ ਇਹਨਾਂ ਦੀ ਮੇਰੇ ਕੋਲ, ਜਿਹਦੇ ਵਿੱਚ ਇਹਨੂੰ ਇਹ ਮਾਰਨ ਦੀਆਂ ਸਾਜਿਸ਼ਾਂ ਕਰਨ ਡੇ ਸੀ। ਆਹ ਵੇਖ ਲਓ, ਤੇਰੇ ਕੋਲ ਕਿੱਥੋਂ ਆਈ ਆ ਵੀਡੀਓ? ਵਿੱਕੀ ਮੈਂ ਦੱਸਦੀ ਹਾਂ ਨਾ, ਇਹ ਵੀਡੀਓ ਕਿੱਥੋਂ ਆਈ ਆ, ਜਦੋਂ ਤੁਸੀਂ ਮੇਰਾ ਫੋਨ ਫੜ ਲਿਆ ਸੀ ਨਾ ਤੇ ਤੁਸੀਂ ਤੇ ਆਪਣੇ ਵੱਲੋਂ ਵੀਡੀਓ ਡਿਲੀਟ ਕਰਦੀ ਸੀ, ਮੈਂ ਉਸ ਤੋਂ ਪਹਿਲਾਂ ਹੀ ਆਪਣੀ ਸਹੇਲੀ ਤਰਨ ਨੂੰ ਸੈਂਡ ਕਰ ਦਿੱਤੀ ਸੀ ਵੀਡੀਓ। ਤਰਨ? ਤਰਨ ਕੌਣ ਆ? ਤਰਨ ਇਹਦੀ ਸਹੇਲੀ, ਮੇਰੀ ਘਰ ਵਾਲੀ, ਇਹਦੇ ਕਾਲਜ ਟਾਈਮ ਦੀ ਫਰੈਂਡ, ਉਹਨੇ ਸਾਰਾ ਕੁਝ ਦੱਸਿਆ ਇਹਨੂੰ, ਉਸ ਤੋਂ ਬਾਅਦ ਵਿੱਚ ਇਹ ਤੁਹਾਡੇ ਤਿੰਨਾਂ ਦੇ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਇਹਨੇ। ਅੱਛਾ, ਇਹਦਾ ਮਤਲਬ ਸਾਰਾ ਕੀਤਾ ਕਰਾਇਆ ਤੇਰਾ ਵਾ, ਫਿੜੇ ਮੂੰਹ ਤੇਰੀ ਪੜ੍ਹਾਈ ਦੇ, ਤੇਰਾ ਇੰਨਾ ਪੜ੍ਹੇ ਲਿਖੇ ਹੋਣ ਦਾ ਕੀ ਫਾਇਦਾ, ਤੇਰੇ ਕੋਲ ਇੱਕ ਵੀਡੀਓ ਡਿਲੀਟ ਨਾ ਹੋਈ। ਕਸੂਰ ਤੇ ਸਾਰਾ ਹੀ ਮੇਰਾ ਵਾ, ਜਿਹੜਾ ਮੈਂ ਇਹਨੂੰ ਪਾਣੀ ਪਿਆਲਣ ਚੱਲ ਗਈ, ਨਾ ਪਾਣੀ ਪਿਆਲਦੀ ਤੇ ਨਾ ਆ ਜੱਬ ਪੈਂਦਾ। ਜਨਾਬ ਇਹ ਤੇ ਆਪਣਾ ਚਲ ਮਾਫੀ ਕਬੂਲੀ ਜਾਣ ਡਏ ਆ। ਸ਼ੱਕ ਤਾਂ ਮੈਨੂੰ ਪਹਿਲਾਂ ਵੀ ਲੱਗਦਾ ਸੀ, ਪਰ ਕੋਈ ਠੋਸ ਸਬੂਤ ਨਾ ਹੋਣ ਕਰਕੇ ਮੈਂ ਕੋਈ ਕਦਮ ਨਹੀਂ ਉਠਾ ਸਕਦਾ ਸੀ। ਵਿੱਕੀ ਮੈਂ ਤੇਰੇ ਤੇ ਕਿੰਨਾ ਯਕੀਨ ਕਰਦੀ ਸੀ, ਸਾਰੀ ਜਾਇਦਾਦ ਮੈਂ ਤੇਰੇ ਨਾਲ ਵਾਦਨ ਲੱਗੀ, ਤੂੰ ਤਾਂ ਮੇਰਾ ਯਕੀਨ ਹੀ ਤੋੜਤਾ ਆ। ਪ੍ਰੀਤ, ਜਸਮੀਤ ਤਾਂ ਮੇਰੀ ਸਕੀ ਭੈਣ ਸੀ, ਪਰ ਤੂੰ ਵੀ ਮੇਰੀਆਂ ਭੈਣਾਂ ਵਰਗੀ ਆ। ਤੂੰ ਕਹਿੰਦੀ ਸੀ ਨਾ ਤਰਨ ਨੂੰ ਕਿ ਬੜੇ ਚੰਗੇ ਨੇ, ਪਰ ਇਹਨਾਂ ਦੀ ਵਜ੍ਹਾ ਦੇ ਨਾਲ ਮੇਰਾ ਵਾਲ ਵਾਲ ਕਰਜ਼ੇ ਦੇ ਵਿੱਚ ਦੱਬਿਆ ਪਿਆ ਵਾ, ਇਹਨਾਂ ਪਾਪੀਆਂ ਦਾ ਖਹਿੜਾ ਛੱਡ ਦੇ। ਬਾਕੀ ਤੂੰ ਹਾਰ ਨਾ ਮੰਨੀ, ਇਹਨਾਂ ਨੂੰ ਹੁਣ ਪੁਲਿਸ ਦੇ ਸਕੰਜੇ 'ਚੋਂ ਨਿਕਲਣ ਨਾ ਦਈ। ਪੁੱਤ, ਇਹਨੂੰ ਤਾਂ ਮੈਂ ਬੜਾ ਸਮਝਾਇਆ ਸੀ, ਪਰ ਇਹਨਾਂ ਨੇ ਇਹਦੀ ਅੱਖਾਂ 'ਤੇ ਪੱਟੀ ਬੰਨੀ ਹੋਈ ਸੀ। ਸਾਰਾ ਕੀਤਾ ਕਰਾਇਆ ਨਾ ਤੇਰਾ ਹੀ ਆ, ਜਸਮੀਤ ਵਾਰੀ ਵੀ ਤੂੰ ਹੀ ਪੋਲ ਖੋਲੀ ਸੀ, ਆਹ ਸਾਰਾ ਜਿੰਨਾ ਕੁਛ ਵੀ ਹੁੰਦਾ ਨਾ ਤੇਰੀ ਵਜ੍ਹਾ ਨਾਲ ਹੋਣ ਡਿਆ ਵਾ। ਵਿੱਕੀ, ਇੱਕ ਗੱਲੋਂ ਤਾਂ ਚੰਗਾ ਹੋਇਆ ਤੁਹਾਡਾ ਮੇਰੇ ਨਾਲ ਵਿਆਹ ਹੋਇਆ, ਜੇ ਕਿਤੇ ਹੋਰ ਭੋਲੀ ਭਾਲੀ ਆ ਜਾਂਦੀ ਨਾ ਤੁਸੀਂ ਅੱਜ ਉਹਨੂੰ ਵੀ ਮਾਰ ਦੇਣਾ ਸੀ। ਭੈਣੇ, ਰੱਬ ਦੀ ਅਦਾਲਤ ਦਾ ਇਨਸਾਫ ਆ, ਉਹਦੇ ਘਰ ਦੇਰ ਆ ਹਨੇਰ ਨਹੀਂ। ਪ੍ਰੀਤ, ਮੈਨੂੰ ਮਾਫ਼ ਕਰ ਦੇ, ਇੱਕ ਵਾਰੀ ਮੈਨੂੰ ਮਾਫ਼ ਕਰ ਦੇ, ਮੈਂ ਬੜਾ ਪਿਆਰ ਕਰਦਾ ਤੈਨੂੰ, ਮੈਂ ਹੁਣ ਜੇਲ੍ਹ ਜਾਂਦਾ ਚੰਗਾ ਲੱਗੂੰਗਾ। ਤੁਹਾਡੇ ਵਰਗੇ ਬੰਦੇ ਦੀ ਜਗ੍ਹਾ ਜਿਹੜੀ ਨਾ ਜੇਲ੍ਹ ਦੇ ਵਿੱਚ ਆ। ਕਵਲ ਪੁੱਤ, ਸਾਨੂੰ ਮਾਫ਼ ਕਰ ਦੇ, ਜੇ ਇਹ ਜੇਲ੍ਹ ਚੱਲ ਗਈ ਨਾ ਇਹਦਾ ਵਿਆਹ ਨਹੀਂ ਹੋਣਾ। ਮਾਸੀ ਜੀ, ਲੋਕਾਂ ਦੀਆਂ ਧੀਆਂ ਭੈਣਾਂ 'ਤੇ ਪੈਟਰੋਲ ਪਾਉਣਾ ਸੌਖਾ, ਜਦੋਂ ਆਪਣੀ ਵਾਰੀ ਆਉਂਦੀ ਆ ਨਾ ਪਤਾ ਫੇਰ ਲੱਗਦਾ। ਉਹ ਤੁਸੀਂ ਮੇਰੇ ਪੱਲੇ ਕੀ ਛੱਡਿਆ, ਮੇਰਾ ਸਾਰਾ ਕੁਝ ਵਿਕਾਤਾ, ਵਾਲ ਵਾਲ ਮੇਰਾ ਕਰਜ਼ੇ ਦੇ ਵਿੱਚ ਡੋਬ ਦਿੱਤਾ ਤੁਸੀਂ, ਅਤੇ ਮੇਰੀ ਭੈਣ ਦੀ ਜਾਨ ਵੀ ਲੈ ਲਈ, ਮੇਰੇ ਪੱਲੇ ਕੀ ਰਹਿ ਗਿਆ, ਕੱਖੋਂ ਹੌਲਾ ਕਰ ਦਿੱਤਾ ਤੁਸੀਂ ਮੈਨੂੰ। ਅੱਜ ਆਪਣੀ ਵਾਰੀ ਆਈ ਤਾਂ ਤਰਲਿਆਂ 'ਤੇ ਆ ਗਏ, ਆਪਣੀ ਧੀ ਦਾ ਫਿਊਚਰ ਚੇਤੇ ਆਉਣ ਲੱਗ ਪਿਆ। ਮਾਸੀ, ਚੱਕੀ ਤਾਂ ਪੀਣੀ ਪੈਣੀ ਆ ਹੁਣ। ਚਲੋ ਲਾ ਇਹਨੂੰ ਹੱਥ ਖੜੀਆਂ, ਇਹਨਾਂ ਦਾ ਤਮਾਸ਼ਾ ਨਹੀਂ ਮੁੱਕਣਾ। ਨਾ ਮੇਰਾ ਵੀਰ, ਲਾ ਲਾ, ਨਾ ਮੇਰਾ ਵੀਰ ਮੇਰੇ ਪੁੱਤ ਨੂੰ ਹੱਥ ਖੜੀਆਂ ਨਾ ਲਾਈ। ਪ੍ਰੀਤ, ਅੱਜ ਤੇਰੀ ਵਜ੍ਹਾ ਨਾਲ ਮੇਰੀ ਭੈਣ ਨੂੰ ਇਨਸਾਫ ਮਿਲਿਆ, ਹੁਣ ਤੂੰ ਵੀ ਅੱਜ ਤੋਂ ਮੇਰੀ ਭੈਣ ਹੋਈ। ਵਾਹਿਗੁਰੂ ਦੇ ਘਰ 'ਚ ਇਨਸਾਫ ਹੈਗਾ ਆ।